ਸਾਰੇ ਯਾਰਾਂ ਦੋਸਤਾਂ ਮਿੱਤਰਾਂ ਨੂੰ ਪਿਆਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ, ਆਦਾਬ, ਨਮਸਤੇ। ਦੋਸਤੋ, ਸੇਵਕ, ਸਿਹਾੜ, ਗਲਤੀਆਂ ਦਾ ਪੁਤਲਾ ਅੱਜ ਫਿਰ ਹਾਜ਼ਰ ਹੈ ਤੁਹਾਡੇ ਨਾਲ। ਦੋਸਤੋ, ਮਿੱਤਰੋ, ਪਿਆਰਿਓ, ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਪਿਛਲੇ ਹਫ਼ਤੇ ਅਸੀਂ ਇੰਗਲਿਸ਼ ਦੇ ਵਿੱਚ ਜਿਹੜੇ ਟੈਂਸ ਹੁੰਦੇ ਨੇ, ਜਿਹੜੇ ਅੰਗਰੇਜ਼ੀ ਦੇ ਨਿਯਮ ਨੇ, ਰੂਲਸ ਨੇ, ਜਿਹੜੇ ਕਿ ਅੰਗਰੇਜ਼ੀ ਨੂੰ ਸਿੱਖਣ ਦੇ ਲਈ ਬਹੁਤ ਜ਼ਿਆਦਾ ਜ਼ਰੂਰੀ ਨੇ, ਉਹ ਸਿੱਖਣ ਦੀ ਅਤੇ ਸਮਝਣ ਦੀ ਕੋਸ਼ਿਸ਼ ਕੀਤੀ ਹੈ। ਅਤੇ ਮੈਨੂੰ ਪੂਰੀ ਉਮੀਦ ਹੈ ਕਿ ਜਿਹੜੇ ਯਾਰ ਦੋਸਤ ਮਿੱਤਰ ਅੰਗਰੇਜ਼ੀ ਸਿੱਖ ਰਹੇ ਨੇ ਜਾਂ ਸਿੱਖਣਾ ਚਾਹੁੰਦੇ ਨੇ, ਜੇ ਉਹ ਉਹਨਾਂ ਵੀਡੀਓਜ਼ ਨੂੰ ਦੇਖਣਗੇ ਤਾਂ ਉਹਨਾਂ ਨੂੰ ਫਾਇਦਾ ਜ਼ਰੂਰ ਹੋਊਗਾ। ਅਤੇ ਜਿਹੜੇ ਇਹ ਟੈਂਸ ਨੇ, ਰੂਲਸ ਨੇ, ਇਹਨਾਂ ਨੂੰ ਸਿੱਖ ਕੇ, ਸਮਝ ਕੇ ਉਹ ਆਸਾਨੀ ਦੇ ਨਾਲ ਅੰਗਰੇਜ਼ੀ ਲਿਖ ਸਕਦੇ ਨੇ, ਬੋਲ ਸਕਦੇ ਨੇ ਇਹਨਾਂ ਰੂਲਸ ਨੂੰ ਫੋਲੋ ਕਰਕੇ। ਅਤੇ ਅੱਜ ਦੀ ਇਸ ਵੀਡੀਓ ਦੇ ਵਿੱਚ ਇਹ ਜਿਹੜੇ ਟੈਂਸ ਹੁੰਦੇ ਨੇ, ਇਹਨਾਂ ਦਾ ਜਿਹੜਾ ਇੱਕ ਚਾਰਟ ਹੁੰਦਾ ਹੈ, ਇਹ ਕਹਿ ਲਓ ਕਿ ਬਿਲਕੁਲ ਸੰਖੇਪ ਦੇ ਵਿੱਚ ਆਪਾਂ ਇਹ ਸਮਝਾਂਗੇ, ਸਿੱਖਾਂਗੇ, ਅਤੇ ਇੱਕ ਤਰ੍ਹਾਂ ਦੀ ਇਹ ਸਾਡੀ ਰਿਵੀਜ਼ਨ ਹੋ ਜਾਏਗੀ। ਜੇ ਤੁਸੀਂ ਉਹ ਡਿਟੇਲਡ ਵੀਡੀਓਜ਼ ਨਹੀਂ ਦੇਖੀਆਂ ਤਾਂ ਉਹ ਵੀ ਜਾ ਕੇ ਦੇਖ ਸਕਦੇ ਹੋਗੇ, ਜੇ ਤੁਹਾਡੇ ਕੋਲੇ ਟਾਈਮ ਹੈਗਾ। ਅਤੇ ਅੱਜ ਦੀ ਵੀਡੀਓ ਦੇ ਵਿੱਚ ਇਹ ਚਾਰਟ ਆਪਾਂ ਦੇਖਾਂਗੇ, ਜ਼ਿਆਦਾ ਡਿਟੇਲ 'ਚ ਨਹੀਂ ਜਾਂਦੇ ਇਹ। ਜੇ ਤੁਸੀਂ ਡਿਟੇਲ 'ਚ ਥੋੜ੍ਹਾ ਜਿਹਾ ਹੋਰ ਸਮਝਣਾ ਤਾਂ ਜਦੋਂ ਆਪਾਂ ਵੀਡੀਓ ਦੇ ਵਿੱਚ ਇਹ ਚਾਰਟ ਦੇਖਾਂਗੇ, ਤੁਸੀਂ ਇਹਦਾ ਸਕਰੀਨ ਸ਼ੋਟ ਲੈ ਕੇ ਜਾਂ ਫਿਰ ਵੀਡੀਓ ਨੂੰ ਰੋਕ ਕੇ ਪੜ੍ਹ ਸਕਦੇ ਹੋ, ਸਮਝ ਸਕਦੇ ਹੋ। ਦੋਸਤੋ, ਜਿਵੇਂ ਕਿ ਅਸੀਂ ਪਹਿਲਾਂ ਗੱਲ ਕੀਤੀ ਸੀ ਕਿ ਜਿਹੜੇ ਇਹ ਟੈਂਸ ਨੇ ਇਹ ਤਿੰਨ ਤਰ੍ਹਾਂ ਦੇ ਹੁੰਦੇ ਨੇ, ਅੱਗੇ ਉਹਨਾਂ ਦੀਆਂ ਚਾਰ ਚਾਰ ਕਿਸਮਾਂ ਹੁੰਦੀਆਂ ਨੇ। ਪ੍ਰੈਜੈਂਟ ਟੈਂਸ ਮੀਨਜ ਵਰਤਮਾਨ, ਪਾਸਟ ਟੈਂਸ ਹੈ ਜਿਹੜਾ ਉਹ ਭੂਤਕਾਲ ਹੈ ਜਿਹੜਾ ਸਮਾਂ ਲੰਘ ਗਿਆ, ਜਿਹੜਾ ਫਿਊਚਰ ਹੈ ਉਹਦਾ ਮਤਲਬ ਭਵਿੱਖ ਕਾਲ ਜਿਹੜਾ ਆਊਗਾ। ਇਹ ਆਪਾਂ ਇਹਨਾਂ ਦੀ ਪਹਿਚਾਣ ਲਿਖੀ ਹੈ ਪੰਜਾਬੀ ਦੇ ਵਿੱਚ। ਇਹ ਪਹਿਚਾਣ ਦੀ ਆਪਾਂ ਨੂੰ ਜ਼ਰੂਰਤ ਉਦੋਂ ਪੈਂਦੀ ਹੈ ਜਦੋਂ ਕਿਸੇ ਪੰਜਾਬੀ ਦੇ ਵਾਕ ਨੂੰ ਆਪਾਂ ਇੰਗਲਿਸ਼ ਦੇ ਵਿੱਚ ਬੋਲਣਾ ਹੈ ਜਾਂ ਲਿਖਣਾ ਹੈ। ਤਾਂ ਪਹਿਲਾਂ ਆਪਾਂ ਦੇਖਦੇ ਹਾਂ ਕਿ ਕਿਹੜਾ ਟੈਂਸ ਹੈ। ਜਦੋਂ ਆਪਾਂ ਨੂੰ ਪਤਾ ਲੱਗ ਜਾਂਦਾ ਕਿ ਇਹ ਫਲਾਣਾ ਟੈਂਸ ਹੈ, ਤਾਂ ਫਿਰ ਉਸ ਟੈਂਸ ਦੇ ਆਪਾਂ ਰੂਲਸ ਨੇ ਜਿਹੜੇ ਉਹ ਫੋਲੋ ਕਰਕੇ ਕਿ ਕਿੱਥੇ ਸਬਜੈਕਟ, ਵਰਬ ਓਬਜੈਕਟ ਕੀ ਲੱਗਣਾ ਹੈ, ਠੀਕ ਹੈ ਜੀ, ਕਦੋਂ ਲੱਗਣਾ ਹੈ, ਫਿਰ ਉਹਨਾਂ ਨੂੰ ਫੋਲੋ ਕਰਕੇ ਅਸੀਂ ਲਿਖਦੇ ਹਾਂ ਜਾਂ ਬੋਲਦੇ ਹਾਂ। ਇਸੇ ਤਰ੍ਹਾਂ ਅਸੀਂ ਅੰਗਰੇਜ਼ੀ ਸਿੱਖ ਸਕਦੇ ਹਾਂ। ਜਿਹੜੇ ਇਹ ਟੈਂਸ ਨੇ, ਇੱਕ ਤਰ੍ਹਾਂ ਦਾ ਇਹ ਸਮਝ ਲਓ ਕਿ ਇਹ ਅੰਗਰੇਜ਼ੀ ਨੂੰ ਸਿੱਖਣ ਦੇ ਲਈ ਇੱਕ ਤਰ੍ਹਾਂ ਦਾ ਨੀਂਹ ਹੈ। ਨੀਂਹ ਜਿਵੇਂ ਆਪਾਂ ਨੀਂਹ ਰੱਖਦੇ ਹਾਂ ਕਿਸੇ ਚੀਜ਼ ਦੀ, ਜਿਵੇਂ ਆਪਾਂ ਨਵਾਂ ਘਰ ਬਣਾਉਂਦੇ ਹਾਂ, ਮਕਾਨ ਬਣਾਉਂਦੇ ਹਾਂ, ਆਪਾਂ ਨੀਂਹ ਰੱਖਦੇ ਹਾਂ। ਨੀਂਹ ਜਿੰਨੀ ਜ਼ਿਆਦਾ ਮਜ਼ਬੂਤ ਹੋਏਗੀ ਉਨਾ ਜ਼ਿਆਦਾ ਘਰ ਦੀ ਮਜ਼ਬੂਤੀ ਹੋਏਗੀ। ਇਸੇ ਲਈ ਜੇ ਇਹ ਟੈਂਸ ਆਪਾਂ ਵਧੀਆ ਤਰੀਕੇ ਨਾਲ ਸਿੱਖ ਲਾਂਗੇ ਤਾਂ ਸਾਨੂੰ ਅੰਗਰੇਜ਼ੀ ਸਿੱਖਣ ਦੇ ਵਿੱਚ ਬਹੁਤ ਜ਼ਿਆਦਾ ਆਸਾਨੀ ਹੋ ਜਾਏਗੀ। ਇਹ ਦੋਸਤੋ ਆਪਾਂ ਨੇ ਪਹਿਚਾਣ ਲਿਖੀ ਹੈ ਕਿਸੇ ਵੀ ਪੰਜਾਬੀ ਦੇ ਵਾਕ ਨੂੰ। ਪਹਿਲਾਂ ਆਪਾਂ ਐਂਡ ਦੇ ਵਿੱਚ, ਅੰਤ ਦੇ ਵਿੱਚ ਦੇਖਦੇ ਹਾਂ ਕਿ ਕੀ ਲੱਗਿਆ ਹੋਇਆ, ਉੱਥੋਂ ਆਪਾਂ ਨੂੰ ਪਤਾ ਲੱਗ ਜਾਂਦਾ ਕਿ ਇਹ ਫਲਾਣਾ ਟੈਂਸ ਹੈ। ਇਹ ਤੁਸੀਂ ਸਕਰੀਨ ਸ਼ੋਟ ਲੈ ਲਓ, ਠੀਕ ਹੈ ਜੀ, ਦੇਖ ਸਕਦੇ ਹੋ, ਪੜ੍ਹ ਸਕਦੇ ਹੋ। ਇਹ ਇਹਨਾਂ ਦੀ ਪਹਿਚਾਣ ਹੈਗੀ, ਡਿਟੇਲ 'ਚ ਨਹੀਂ ਆਪਾਂ ਜਾਂਦੇ। ਇਹ ਪ੍ਰੈਜੈਂਟ ਐਂਡ ਡੈਫੀਨੇਟ ਹੈ ਜਿਹੜਾ, ਉਹਦੀ ਪਹਿਚਾਣ ਹੈ। ਇਹ ਜਿਹੜਾ ਪਾਸਟ ਐਂਡ ਡੈਫੀਨੇਟ ਹੈ ਇਹ ਵਾਲੀ, ਠੀਕ ਹੈ ਜੀ, ਉਹਦੀ ਪਹਿਚਾਣ ਹੈ। ਇਹ ਫਿਊਚਰ ਐਂਡ ਡੈਫੀਨੇਟ ਦੀ ਪਹਿਚਾਣ ਹੈ। ਇਸੇ ਤਰ੍ਹਾਂ ਇਹ ਕੰਟੀਨਿਊਸ ਪਰਫੈਕਟ ਪਾਸਟ ਪਰਫੈਕਟ ਕੰਟੀਨਿਊਸ ਸੋਰੀ, ਇਸ ਤਰ੍ਹਾਂ ਇਹ ਪਹਿਚਾਣ ਲਿਖੀ ਹੋਈ ਹੈਗੀ। ਇੱਕ ਚਾਰਟ ਬਣਾਇਆ ਹੋਇਆ ਆਪਣਾ, ਇਹ ਤੁਸੀਂ ਦੇਖ ਲਓ। ਹੁਣ ਆਪਾਂ ਥੋੜ੍ਹਾ ਅੱਗੇ ਚੱਲਦੇ ਹਾਂ ਜੀ, ਡਿਟੇਲ 'ਚ ਨਹੀਂ ਆਪਾਂ ਜਾਂਦੇ। ਤੁਸੀਂ ਜੇ ਡਿਟੇਲ 'ਚ ਦੇਖਣਾ ਤਾਂ ਪਿਛਲੀਆਂ ਵੀਡੀਓ 'ਚ ਦੇਖ ਸਕਦੇ ਹੋ। ਇਹ ਇਹਨਾਂ ਦੇ ਰੂਲਸ ਨੇ ਜਿਹੜੇ ਟੈਂਸ ਨੇ, ਜਿਹੜੇ ਇਹ ਪ੍ਰੈਜੈਂਟ ਐਂਡ ਡੈਫੀਨੇਟ, ਪ੍ਰੈਜੈਂਟ ਕੰਟੀਨਿਊਸ, ਪ੍ਰੈਜੈਂਟ ਪਰਫੈਕਟ, ਠੀਕ ਹੈ ਜੀ। ਇਹ ਰੂਲਸ ਲਿਖੇ ਹੋਏ ਨੇ ਕਿੱਥੇ ਸਬਜੈਕਟ, ਵਰਬ ਜਾਂ ਹੈਲਪਿੰਗ ਵਰਬ, ਨਾਉਟ, ਇੰਟਰੋਗੇਟਿਵ, ਕੁਐਸਚਨ ਮਾਰਕ ਵਗੈਰਾ ਕਿੱਥੇ ਕੀ ਲੱਗਦਾ ਹੈ, ਇਹਨਾਂ ਦੇ ਵਿੱਚ ਸਾਰਾ ਕੁਝ ਦਿੱਤਾ ਹੋਇਆ। ਤੁਸੀਂ ਵੀਡੀਓ ਨੂੰ ਰੋਕ ਕੇ ਦੇਖ ਸਕਦੇ ਹੋ, ਪੜ੍ਹ ਸਕਦੇ ਹੋਗੇ, ਠੀਕ ਹੈ ਜੀ। ਆਪਾਂ ਅੱਗੇ ਚੱਲਦੇ ਹਾਂ ਜੀ। ਇਸੇ ਤਰ੍ਹਾਂ ਇਹ ਅੱਗੇ ਪਾਸਟ ਡੈਫੀਨੇਟ, ਪਾਸਟ ਕੰਟੀਨਿਊਸ, ਪਾਸਟ ਪਰਫੈਕਟ, ਠੀਕ ਹੈ ਜੀ। ਇਹ ਇਹਨਾਂ ਦੇ ਨਾਲ ਆਪਾਂ ਨੇ ਇੱਥੇ ਇੱਥੇ ਵੀ ਪਹਿਚਾਣ ਲਿਖੀ ਹੋਈ ਹੈਗੀ ਕਿ ਕਿਹੜੇ ਟੈਂਸ ਦੀ ਕੀ ਪਹਿਚਾਣ ਹੈਗੀ, ਠੀਕ ਹੈ ਜੀ, ਇਹ ਪਹਿਚਾਣ ਲਿਖੀ ਹੋਈ ਹੈ।
ਅੱਜ ਸਿਰਫ ਆਪਾਂ ਇਹ ਚਾਰਟ ਦੇਖ ਰਹੇ ਹਾਂਗੇ, ਡਿਟੇਲ 'ਚ ਡਿਸਕਸ ਨਹੀਂ ਕਰਾਂਗੇ। ਪਿਛਲੀਆਂ ਵੀਡੀਓਜ਼ ਦੇ ਵਿੱਚ ਆਪਾਂ ਡਿਸਕਸ ਕਰ ਚੁੱਕੇ ਹਾਂਗੇ, ਜੇ ਤੁਹਾਡੇ ਕੋਲ ਟਾਈਮ ਹੈਗਾ ਤਾਂ ਉਹ ਵੀਡੀਓਜ਼ ਦੇਖ ਸਕਦੇ ਹੋਗੇ, ਅਤੇ ਇਸ ਦਾ ਤੁਸੀਂ ਸਕਰੀਨ ਸ਼ੋਟ ਲੈ ਕੇ ਇਹ ਵੀ ਤੁਸੀਂ ਪੜ੍ਹ ਸਕਦੇ ਹੋ, ਦੇਖ ਸਕਦੇ ਹੋ। ਇਹ ਸਾਰੇ ਰੂਲਸ ਨੇ ਜਿਹੜੇ ਇਹ ਟੈਂਸ ਨੇ, ਇਹਨਾਂ ਦੇ ਰੂਲਸ ਨੇ, ਨਾਲ ਨਾਲ ਪਛਾਣ ਵੀ ਲਿਖੀ ਹੋਈ ਹੈ ਜੀ, ਠੀਕ ਹੈ ਜੀ। ਅਤੇ ਅੱਗੇ ਚੱਲਦੇ ਹਾਂ ਜੀ, ਇਹਨਾਂ ਦਾ ਵੀ ਤੁਸੀਂ ਸਕਰੀਨ ਸ਼ੋਟ ਲੈ ਕੇ ਜਾਂ ਵੀਡੀਓ ਨੂੰ ਰੋਕ ਕੇ ਦੇਖ ਸਕਦੇ ਹੋ, ਪੜ੍ਹ ਸਕਦੇ ਹੋ, ਜਾਂ ਫਿਰ ਪਿਛਲੀਆਂ ਵੀਡੀਓਜ਼ ਦੇਖ ਸਕਦੇ ਹੋ, ਠੀਕ ਹੈ ਜੀ। ਦੋਸਤੋ ਇਹ ਹੈਗੇ ਸੀਗੇ ਮਤਲਬ ਜਿਹੜੇ ਟੈਂਸ ਨੇ ਇੰਗਲਿਸ਼ ਦੇ ਵਿੱਚ, ਉਹ ਜਿਹੜਾ ਚਾਰਟ ਹੁੰਦਾ ਟੈਂਸ ਦਾ ਉਹ ਸੀਗਾ। ਅੱਜ ਦੀ ਵੀਡੀਓ ਦੇ ਵਿੱਚ ਸਿਰਫ ਆਪਾਂ ਨੇ ਜਿਹੜਾ ਇਹ ਚਾਰਟ ਹੈ ਇਹ ਦੇਖਿਆ ਹੈਗਾ, ਅਤੇ ਜੇ ਚੰਗੀ ਤਰ੍ਹਾਂ ਸਿੱਖਣਾ ਸਮਝਣਾ ਤਾਂ ਪਿਛਲੀਆਂ ਵੀਡੀਓਜ਼ ਦੇਖ ਲਓ, ਜਾਂ ਫਿਰ ਇਹ ਜਿਹੜਾ ਚਾਰਟ ਹੈ ਇਹ ਤੁਸੀਂ ਆਪਣੇ ਇੰਟਰਨੈਟ ਤੋਂ ਗੂਗਲ ਤੋਂ ਵੀ ਸਰਚ ਕਰਕੇ ਦੇਖ ਸਕਦੇ ਹੋ, ਪੜ੍ਹ ਸਕਦੇ ਹੋਗੇ। ਅਤੇ ਜੇ ਤੁਸੀਂ ਅੰਗਰੇਜ਼ੀ ਸਿੱਖਣਾ ਚਾਹੁੰਦੇ ਹੋ, ਸਮਝਣਾ ਚਾਹੁੰਦੇ ਹੋ, ਤਾਂ ਇਹ ਜਿਹੜੇ ਟੈਂਸ ਨੇ ਇਹਨਾਂ ਨੂੰ ਸਿੱਖਣਾ ਬਹੁਤ ਜ਼ਿਆਦਾ ਜ਼ਰੂਰੀ ਹੈ।